ਉਹਨਾਂ ਵਿੱਚ ਉਹਨਾਂ ਨੇ ਹਲੀ ਸਿੰਘ ਨਲੂਏ ਦੇ ਬਾਰੇ ਦੇ ਉਹਨਾਂ ਨੇ ਗੱਲ ਕੀਤੀ ਆ, ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਜੀ ਹੁਣਾਂ ਦੇ ਟਾਈਮ ਤੇ ਹੀ ਉਹਨਾਂ ਵਿੱਚ ਬਾਪੂ ਜੀ ਨੇ ਇਹ ਵੀ ਦੱਸਿਆ ਆ ਕਿ ਉਹਨਾਂ ਨੇ ਵਿੱਚ ਮੁਸਲਮਾਨਾਂ ਦੀ ਗੱਲ ਕੀਤੀ ਹੈ, ਪਰ ਉਹਨਾਂ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਆਪਾਂ ਉਸ ਟਾਈਮ ਦੀ ਗੱਲ ਉਸ ਟਾਈਮ ਦੀ ਆਪਾਂ ਇਤਿਹਾਸ ਦੀ ਗੱਲ ਕੀਤੀ ਆ, ਉਸ ਟਾਈਮ ਦੀ ਆਪਾਂ ਇਤਿਹਾਸ ਦੀ ਗੱਲ ਕੀਤੀ ਹੈ, ਨਾ ਕਿ ਕਿਸੇ ਆਪਾਂ ਧਰਮਾਂ ਨੂੰ ਬੁਰਾ ਚੰਗਾ ਬੋਲਿਆ। ਜਦੋਂ ਲੋਕਡਾਊਨ ਸੀ ਉਸ ਟਾਈਮ ਦਾ ਆਪਾਂ ਸੁਣਦੇ, ਇਹ ਤਾਂ ਆਪਾਂ ਦੱਸ ਨਹੀਂ ਸਕਦੇ, ਸਾਰੇ ਗੀਤ ਬਹੁਤ ਵਧੀਆ ਲੱਗਦੇ ਆ। ਕਿੰਨੀ ਜ਼ਿਆਦਾ ਬਾਹਰ ਦੇਖੋ ਸਕੂਟੀ ਲੱਗੀ ਹੋਈ ਆ ਅੰਦਰ, ਜਿੱਦਾਂ ਟਰੈਕਟਰ ਦੇ ਸਾਹਮਣੇ ਕਿੱਦਾਂ ਉਹ ਤਾਰਾਂ ਵਗੈਰਾ ਲੱਗੀਆਂ ਹੋਈਆਂ, ਜਦੋਂ ਬੰਦਾ ਜਿਉਂਦਾ ਹੁੰਦਾ ਉਹਦੇ ਅੱਗੇ ਇੱਦਾਂ ਕਿਉਂ ਨਹੀਂ ਹੁੰਦਾ ਹੈਗਾ, ਜਦੋਂ ਮਰ ਜਾਂਦਾ ਉਦੋਂ ਹੀ ਸਰਕਾਰ ਨੂੰ ਠੰਡ ਪੈ ਜਾਂਦੀ, ਹਾਂਜੀ ਬੰਦਾ ਮਰ ਗਿਆ। ਸਰਕਾਰ ਨੂੰ, ਸੀਐਮ ਸਾਹਿਬ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਹੁਣ ਦੇਖੋ ਤੇ ਇਨਸਾਫ ਲੈਣ ਦੇ ਮਗਰੋਂ ਜੈਨੀ ਜੋਲ ਭੈਣ ਮੇਰੀ ਦੀਦੀ ਨੇ ਉਹ ਗਾਣਾ ਗਾਇਆ ਆ, ਸਰਕਾਰ ਦੇ ਮੂੰਹ ਤੇ ਕਿਛ ਪੇੜ ਵੱਜੀ ਆ, ਮੈਂ ਕਹਿ ਨਹੀਂ ਸਕਦੀ ਹੈਗੀ ਸੀਐਮ ਸਾਹਿਬ ਜਿਹੜੇ ਆ ਉਹਨਾਂ ਦੇ ਹੱਥ ਵਾਸਤੇ ਸਾਰਾ ਕੁਛ ਆ, ਉਹ ਕਿਉਂ ਨਹੀਂ ਕਰਦੇ ਹੈਗੇ, ਕਿਉਂ ਨਹੀਂ ਇਨਸਾਫ ਦੇ ਸਕਦੇ ਹੈਗੇ। ਗਾਣੇ ਵਿੱਚ ਉਹਨਾਂ ਸਾਰਾ ਕੁਛ ਕਿਹਾ ਆ, ਜਦੋਂ ਇਨਸਾਫ ਦੇਣ ਦੀ ਵਜ੍ਹਾ ਤੇ ਉਹ ਉਹਨਾਂ ਤੋਂ ਆਪਣੀ ਚੁਨੀਆਂ ਰੰਗਾ ਕੇ ਬੈਠੇ ਹੋਏ ਆ, ਨਵਾਂ ਦੂਜਾ ਵਿਆਹ ਕਰਵਾਏ ਤਾਂ ਤੂੰ ਇੱਕ ਤੇ ਪਹਿਲੇ ਸੰਭੀ ਨਹੀਂ ਆ, ਦੂਜੀ ਕੀ ਕਰੋਗੇ ਤੁਸੀਂ। ਥੈਂਕ ਯੂ।